ਮਹਾਰਾਜ ਜੀ ਦੇ ਘਰ ਨਾਲ ਹਿਰਦੇ ਤੋਂ ਦਿਲ ਤੋਂ ਬਿਲਕੁਲ ਨੀਅਤ ਨੂੰ ਸਾਫ਼ ਕਰਕੇ ਤੁਰੀਏ ਤਦ ਹੀ ਦਾਤਾਂ ਮਿਲਦੀਆਂ ਨੇ। ਜੇ ਅੰਦਰ ਕੁਝ ਹੋਰ ਹੋਵੇ, ਜ਼ੁਬਾਨ ਤੋਂ ਕੁਝ ਹੋਰ ਕਹੀਏ, ਤਾਂ ਇਸ ਨਾਲ ਸਤਿਗੁਰੂ ਜੀ ਦੇ ਘਰ ਇਹ ਚਲਾਕੀ ਨਹੀਂ ਚੱਲਦੀ। ਮਹਾਰਾਜ ਜੀ ਦੇ ਬਹੁਤ ਹੀ ਪਿਆਰ ਵਾਲੀਆਂ ਦੋ ਹਸਤੀਆਂ ਭਾਈ ਸੱਤਾ ਅਤੇ ਬਲਵੰਡ ਜੀ, ਮਹਾਨ ਕਿਰਪਾ ਸੀ ਉਹਨਾਂ 'ਤੇ। ਜਦੋਂ ਕੀਰਤਨ ਕਰਦੇ ਸੰਗਤਾਂ ਮੰਤਰ ਮੁਗਧ ਹੋ ਜਾਂਦੀਆਂ। ਪਰ ਮਾਇਆ ਬੜੀ ਬਲਵਾਨ ਹੈ, ਕਿਸੇ ਵੀ ਜਗ੍ਹਾ 'ਤੇ ਕਿਸੇ ਵੀ ਅਵਸਥਾ ਵਿੱਚ ਜਾ ਕੇ ਹਮਲਾ ਕਰ ਸਕਦੀ ਹੈ। ਬਹੁਤ ਵੱਡੀਆਂ ਮਿਹਰਾਂ ਵਾਲੇ ਰੱਬ ਨੇ ਇੱਕ ਖੇਡ ਰਚਾਈ। ਬੱਚੀ ਦੀ ਸ਼ਾਦੀ ਸੀ, ਗੁਰੂ ਅਰਜਨ ਸਾਹਿਬ ਪਿਤਾ ਜੀ ਕੋਲੋਂ ਮੰਗੀ ਗਰੀਬ ਨਿਵਾਜ, ਬੱਚੀ ਦੀ ਸ਼ਾਦੀ ਏ, ਆਪ ਜੀ ਕੋਲ ਬੇਨਤੀ ਹੈ, ਪੈਸੇ ਕਰਕੇ ਸਾਡੀ ਮਦਦ ਕਰੋ। ਸਤਿਗੁਰੂ ਕਹਿਣ ਲੱਗੇ, ਫਿਕਰ ਨਾ ਕਰੋ, ਸਾਰੇ ਕਾਰਜ ਸਤਿਗੁਰੂ ਆਪ ਸਵਾਰਨਗੇ, ਮਾਇਆ ਵੀ ਮਿਲੇਗੀ, ਸਹਾਈ ਵੀ ਗੁਰੂ ਨਾਨਕ ਸਾਹਿਬ ਹੋਣਗੇ। ਸਤ ਬਚਨ ਕਹਿਣ ਦੀ ਬਜਾਏ ਅੰਦਰੋਂ ਸਿਆਣਪ ਬੋਲ ਪਈ। ਕਹਿਣ ਲੱਗੇ, ਸਤਿਗੁਰੂ ਜੀ, ਇੱਕ ਦਿਨ ਦੀ ਗੋਲਕ ਚਾਹੁੰਦੇ ਸਾਰੀ ਦੀ ਸਾਰੀ ਸਾਨੂੰ ਦੇ ਦਿੱਤੀ ਜਾਵੇ। ਉਹ ਜਿਹੜਾ ਲਾਲਚ ਦਾ ਫੁਰਨਾ ਆ ਗਿਆ, ਉਹ ਸਿਆਣਪ ਆ ਗਈ। ਮਹਾਰਾਜ ਕਹਿੰਦੇ, ਠੀਕ, ਇੱਕ ਦਿਨ ਦੀ ਗੋਲਕ ਲੈ ਲੈਣਾ। ਕਿੱਥੇ ਤਾਂ ਬੇਨਤੀ ਕੀਤੀ ਵੀ ਸਾਰੇ ਕਾਰਜ ਸਵਰਨ, ਕਿੱਥੇ ਆਪ ਇੱਕ ਚੀਜ਼ ਨੂੰ ਪਕੜ ਲਿਆ। ਬਸ ਮਹਾਰਾਜ ਨੇ ਖੇਡ ਵਰਤਾਈ, ਕਿਉਂਕਿ ਸਤਿਗੁਰੂ ਨੂੰ ਫਿਕਰ ਏ ਉਹਨਾਂ ਸੇਵਕਾਂ ਦੇ ਅੰਦਰ ਖੋਟ ਨਾ ਰਹਿ ਜਾਵੇ। ਇਹ ਖੋਟ ਹੀ ਤਾਂ ਜਨਮ ਮਰਨ ਦੀਵਾਂਦੀ ਹੈ। ਇਸ ਲਈ ਮਹਾਰਾਜ ਜੀ ਦੀ ਖੇਡ ਵਰਤੀ, ਸੰਗਤ ਬਹੁਤ ਆਈ, ਪਰ ਗੋਲਕ ਵਿੱਚ ਮਾਇਆ ਬਹੁਤ ਘੱਟ ਆਈ। ਮਾਇਆ ਘੱਟ ਵੇਖ ਕੇ ਨਾਰਾਜ਼ ਹੋ ਗਏ ਅਤੇ ਆਖਣ ਲੱਗੇ, ਸਤਿਗੁਰੂ ਜੀਓ, ਤੁਸੀਂ ਸਾਡੇ ਨਾਲ ਚੰਗਾ ਨਹੀਂ ਕੀਤਾ, ਗਲਤੀ ਆਪਣੀ। ਸਤਿਗੁਰੂ ਕਹਿੰਦੇ, ਜੋ ਤੁਸਾਂ ਮੰਗਿਆ ਉਹ ਕੁਝ ਮਿਲ ਗਏ ਇੱਕ ਦਿਨ ਦੀ ਗੋਲਕ, ਇਸੇ ਕਰਕੇ ਨਾਰਾਜ਼ ਹੋ ਕੇ ਕੀਰਤਨ ਕਰਨ ਨਹੀਂ ਆਏ। ਸਤਿਗੁਰੂ ਜੀ ਨੇ ਸਿਣਿਆ ਵੀ ਭੇਜਿਆ, ਬਾਬਾ ਬੁੱਢਾ ਸਾਹਿਬ ਰਾਹੀਂ ਨਹੀਂ ਆਏ, ਹੋਰ ਸਿੱਖ ਗਏ, ਆਪ ਵੀ ਚੱਲ ਕੇ ਗਏ। ਸਗੋਂ ਹੋਰ ਆਪਣੀ ਜ਼ੁਬਾਨ ਤੋਂ ਕੌੜੇ ਬੋਲ ਬੋਲੇ ਗੁਰੂ ਨਾਨਕ ਸਾਹਿਬ ਦੀ ਨਿਰਾਦਰੀ 'ਚ। ਮਹਾਰਾਜ ਜੀ ਨੇ ਬਚਨ ਕਰ ਦਿੱਤਾ, ਭਾਈ ਸਾਨੂੰ ਕੁਛ ਕਹਿ ਲੈਂਦੇ, ਅਸੀਂ ਸਹਾਰ ਲੈਂਦੇ, ਧੰਨ ਗੁਰੂ ਨਾਨਕ ਸਾਹਿਬ ਦੀ ਨਿਰਾਦਰੀ 'ਤੇ ਉੱਤਰ ਆਏ ਹੋ, ਅੱਜ ਤੋਂ ਬਾਅਦ ਕੋਈ ਵੀ ਇਹਨਾਂ ਨੂੰ ਮੂੰਹ ਨਹੀਂ ਲਾਵੇਗਾ। ਐਹੋ ਜਿਹਾ ਦੁੱਖ ਭੋਗਿਆ ਸੱਤਾ ਬਲਵੰਡ ਜੀ ਨੇ। ਕਰਮ ਆਪਣਾ ਮਾੜਾ ਹੈ, ਦੋਸ਼ ਸਤਿਗੁਰੂ ਪਰਮੇਸ਼ੁਰ ਨੂੰ ਦਿੱਤਾ ਜਾਂਦਾ ਹੈ। ਫਿਰ ਅੰਤਾਂ ਦੇ ਦੁਖੀ ਹੋਏ ਸਨ ਇਹ ਸੱਤਾ ਬਲਵੰਡ, ਕਿਸੇ ਨੇ ਮੂੰਹ ਨਾ ਲਾਇਆ। ਕੱਲ੍ਹ ਤੱਕ ਉਹਨਾਂ ਨੂੰ ਸੰਗਤਾਂ ਪਲਕਾਂ ਵਿਛਾ ਕੇ ਬਿਠਾਉਂਦੀਆਂ, ਅੱਜ ਕੋਈ ਮੱਥੇ ਵੀ ਨਹੀਂ ਲੱਗਣਾ ਚਾਹੁੰਦਾ। ਇਸੇ ਕਰਕੇ ਸਾਹਿਬ ਕਹਿੰਦੇ, ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਉ ਕਰਾਏਂਦਾ, ਤਰ ਮੰਗਣ ਭਿੱਖ ਨਾ ਪਾਏਂਦਾ। ਸਤਿਗੁਰੂ ਜੀ ਕੋਲ ਬੇਨਤੀ ਕਰਕੇ ਮੰਗੀਏ ਦਾਤਾ, ਸਾਰੇ ਕਾਰਜ ਤੁਸੀਂ ਸਵਾਰੋ, ਆਪਣੀ ਸਿਆਣਪ ਨੂੰ ਨਾ ਵਿਚਾਲੇ ਆਉਣ ਦੇਈਏ।